ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਰੋਗੀ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਨਾਲ ਕਾਫੀ ਸਮੇਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਿਹਾ ਕਈ ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਆ ਸਰੀਰ ਨੂੰ ਖਰਾਬ ਕਰ ਰਹੇ ਆ ਉਹ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣਾ ਇਲਾਜ ਕਰਾ ਸਕਦੇ ਆ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੋ ਹਰ ਐਤਵਾਰ ਨੂੰ ਤੁਸੀਂ ਮੈਨੂੰ ਮਿਲ ਸਕਦੇ ਹੋ ਜਿਹੜਾ ਡਸਕਾ ਪਿੰਡ ਹੈ ਇਹ ਲਹਿਰਾਗਾਗਾ ਸ਼ਹਿਰ ਦੇ ਬਿਲਕੁਲ ਨੇੜੇ ਹੈ ਬਰੇਟਾ ਸ਼ਹਿਰ ਵੀ ਇਹਦੇ ਨੇੜੇ ਲੱਗਦਾ ਹੈ ਸੁਨਾਮ ਸ਼ਹਿਰ ਵੀ ਨੇੜੇ ਲੱਗਦਾ ਹੈ ਬੁੜਲਾਡਾ ਸ਼ਹਿਰ ਵੀ ਨੇੜੇ ਲੱਗਦਾ ਹੈ ਤੋਂ ਤੁਸੀਂ ਹਰ ਐਤਵਾਰ ਨੂੰ ਮੈਨੂੰ ਡਸਕੇ ਪਿੰਡ ਦੇ ਵਿੱਚ ਮਿਲ ਸਕਦੇ ਹਾਂ ਹਰ ਐਤਵਾਰ ਅੱਜ ਇਸ ਬਿਮਾਰੀ ਦੇ ਸਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਨੌਜਵਾਨਾਂ ਨਾਲ ਸੰਬੰਧਿਤ ਰੋਗ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੇ ਆ ਕਿ ਸਾਡੇ ਦਵਾਈਖਾਨੇ ਨੂੰ ਬਦਨਾਮ ਕਰਨ ਵਾਸਤੇ ਇੱਕ ਅਮਰਤਪਾਲ ਨਾਂ ਦਾ ਬੱਚਾ ਲੜਕਾ ਉਹਨੇ ਕਾਫੀ ਵੀਡੀਓ YouTube ਤੇ Facebook ਤੇ WhatsApp ਤੇ ਪਾਉਂਦਾ ਵੀ ਕਿਸੇ ਹਿਸਾਬ ਨਾਲ ਦਵਾਈਖਾਨੇ ਨੂੰ ਬਦਨਾਮ ਕਰਦੀਏ ਉਹਨੇ ਕਾਫੀ ਦਰਖਾਸਤਾਂ ਵੀ ਸਾਡੇ ਵਿਰੋਧੀਆਂ ਦੇ ਪਿੱਛੇ ਲੱਗ ਕੇ ਪਾਈਆਂ ਕਾਫੀ ਉਹਨੂੰ ਵਿਰੋਧੀਆਂ ਨੇ ਚੱਕਿਆ ਉਹਨੇ SSP ਸੰਗਰੂਰ ਆਈਜੀ ਪਟਿਆਲਾ ਡੀਜੀਪੀ ਮੁੱਖ ਮੰਤਰੀ ਇਸੇ ਤਰ੍ਹਾਂ ਸਿਹਤ ਵਿਭਾਗ ਦੇ ਵਿੱਚ ਕਾਫੀ ਉਹਨੇ ਸਾਡੇ ਖਰਾਬ ਦਰਖਾਸਤਬਾਜ਼ੀ ਕੀਤੀ ਉਹਨਾਂ ਸਾਰੀਆਂ ਦਰਖਾਸਤਾਂ ਤੇ ਪੁਲਿਸ ਵੱਲੋਂ ਸਿਹਤ ਮੈਕਮੇ ਵੱਲੋਂ ਪੂਰੀ ਜਾਂਚ ਹੋ ਕੇ ਸਾਨੂੰ નિર્ਦੋਸ਼ ਠਹਿਰਾਇਆ ਗਿਆ ਜਿੰਨੇ ਉਹਨੇ ਦੋਸ਼ ਲਾਏ ਜਿੰਨਾ ਉਹਨੇ ਸਾਡੇ દવાਖਾਨੇ ਤੇ ਚਿੱਕੜ ਸਿੱਟਿਆ ਉਹ ਸਾਰਾ ਪੁਲਸ ਨੇ ਕੱਲੀ-ਕੱਲੀ ਚੀਜ਼ ਦੀ ਸਿਹਤ ਵਿਭਾਗ ਵੱਲੋਂ ਕੱਲੀ-ਕੱਲੀ ਚੀਜ਼ ਦੀ ਜਾਂਚ ਕਰਕੇ ਬਰੀਕੀ ਦੇ ਨਾਲ ਉਹ ਫੈਲ ਹੋ ਚੁੱਕੀਆਂ ਨੇ ਸਾਰੀਆਂ ਚੀਜ਼ਾਂ ਤੇ ਉਹਨਾਂ ਦੀਆਂ ਆਰਟੀਆਈਆਂ ਮੈਂ ਕਢਾ ਕੇ ਇਸ ਅਮਰਤਪਾਲ ਤੇ ਮਾਨਹਾਨੀ ਦਾ ਪਰਚਾ ਘਟਾਇਆ ਹੈ ਮੂਨਕ ਅਦਾਲਤ ਦੇ ਵਿੱਚ 27 ਤਰੀਕ ਪਈ ਹੈ ਸਮਣ ਉਹਨੂੰ ਆ ਚੁੱਕੇ ਹੈ ਜ਼ਮਾਨਤਾ ਕਰਾ ਰਿਹਾ ਹੈ ਤਾਂ ਇਹ ਜੇ ਫਰੌਡ ਬੰਦਿਆਂ ਤੋਂ ਜ਼ਰੂਰ ਬਚਿਓ ਤੇ ਇਹ ਜੇ ਫਰੌਡ ਬੰਦੇ ਆ ਜਿਹੜੇ ਗਲਤ ਬੰਦੇ ਆ ਜਿਹੜੇ ਤੁਹਾਨੂੰ ਗਲਤ ਗਾਈਡ ਕਰਦੇ ਆ ਜਾਂ ਗਲਤ ਬਦਨਾਮੀ ਕਰਦੇ ਆ ਇਹ ਜਿਆ ਤੋਂ ਜ਼ਰੂਰ बच ਕੇ ਰਿਹਾ ਕੋ ਸਾਡੇ ਡਸਕੇ ਪਿੰਡ ਚ ਵੀ ਇਹਦੇ ਨਾਲ ਦੇ 15 20 ਨੇ ਕੁੱਪ ਐਨਾਂ ਦਾ ਐਤਵਾਰ ਨੂੰ ਖੜ ਜਾਂਦੇ ਆ ਸੜਕਾਂ ਤੇ ਮਰੀਜ਼ ਪੁੱਛਦੇ ਨੇ ਸਾਡਾ ਐਡਰੈਸ ਡਸਕੇ ਪਿੰਡ ਚ ਕਿਉਂਕਿ ਨਵੇਂ ਆਉਂਦੇ ਆ ਕੋਈ ਪੁਰਾਣੇ ਤਾਂ ਪੁੱਛਦੇ ਨਹੀਂ ਕੋਈ ਨਵੇਂ ਜਿਹੜੇ ਆਉਂਦੇ ਆ ਪੁੱਛ ਲੈਂਦੇ ਆ ਵਿਚਾਰੇ ਵੀ ਕਿੱਥੇ ਇੱਥੇ ਕਿੱਥੇ ਜੇ ਆ ਤਾਂ ਉਹਨਾਂ ਨੂੰ ਪੂਰਾ ਗਲਤ ਗਾਈਡ ਕਰਦੇ ਆ ਵੀ ਉੱਥੇ ਦਵਾਈ ਹੈ ਹੀ ਨਹੀਂ ਉੱਥੇ ਤਾਂ ਗਲਤ ਦਵਾਈ ਦਿੰਦੇ ਆ ਉੱਥੇ ਤਾਂ ਐ ਹੁੰਦਾ ਉੱਥੇ ਤਾਂ ਨਸ਼ਾ ਵੇਚਦੇ ਆ ਪੂਰਾ ਗਲਤ ਗਾਈਡ ਕਰਦੇ ਆ ਵੀ ਦਵਾਖਾਨੇ ਤੱਕ ਜਾ ਵੀ ਨਾ ਘਰੀ ਵੇਕ ਮੁੜ ਜੇ ਇਦਾਂ ਕਰਦੇ ਆ ਇਹ ਡੱਸ ਕੇ ਪਿੰਡ ਦੇ ਕੁਛ ਕੁ ਛਰਾਰਤੀ ਲੋਕ ਸੋ ਇਹਨਾਂ ਤੋਂ ਵੀ ਬਚ ਕੇ ਰਹੋ ਬਾਕੀ ਅਮਰਤਪਾਲ ਤੇ ਅਸੀਂ ਕੇਸ ਲਾਏ ਚੁੱਕੇ ਆ ਪਰਚਾ ਉੱਤੇ ਕੱਟ ਚੁੱਕਿਆ ਮਾਨਹਾਨੀ ਦਾ ਸੋ ਅੱਜ ਜਿਸ ਬਿਮਾਰੀ ਦੇ ਸੰਬੰਧ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਨੌਜਵਾਨਾਂ ਨਾਲ ਸੰਬੰਧਿਤ ਬਿਮਾਰੀ ਲਿੰਗ ਦੀਆਂ ਪ੍ਰੋਬਲਮਾਂ ਜਿਵੇਂ ਟੇਡਾਪਣਾ ਛੋਟਾਪਣ ਜਿਆਦੇ ਐ ਢਿੱਲਾਪਣ ਜਿਆਦੇ ਐ ਜਾਂ ਟੇਡਾਪਣਾ ਜਾਂ ਪਤਲਾਪਣ ਜਾਂ ਬਚਪਨ ਦੀਆਂ ਗਲਤੀਆਂ ਕਰ ਕਰਕੇ ਹਾਦਰਸੀ ਕਰ ਕਰਕੇ ਨਸਾਂ ਬਿਲਕੁਲ ਖਤਮ ਹੋ ਗਈਆਂ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਨੁਕਸਾ ਮੈਂ ਤੁਹਾਡੀ ਝੋਲੀ 'ਚ ਪਾਉਣ ਲੱਗਿਆਂ ਤਿੱਲਾ ਬਣਾਉਣ ਵਾਸਤੇ ਤੇਲ ਬਣਾਉਣ ਵਾਸਤੇ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿ ਸਕਦਾ ਛਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਮੈਂ ਤੁਹਾਨੂੰ ਤਿਆਰ ਆ ਤੁਸੀਂ ਇਹ ਨੁਕਸਾ ਤਿਆਰ ਕਰੋ ਗਰੰਟੀ ਦੇ ਨਾਲ ਤੁਹਾਡੇ ਇਹ ਰੋਗ ਲਿੰਗ ਦਾ ਇੱਕ ਵੀ ਨਹੀਂ ਰਹੇਗਾ ਬਿਲਕੁਲ ਗਰੰਟੀ ਦੇ ਨਾਲ ਠੀਕ ਹੋਏ ਤਾਂ ਉਹ ਚੀਜ਼ਾਂ ਤੁਸੀਂ ਜਿਹੜੀਆਂ ਲੈਣੀਆਂ ਨੇ ਉਹ ਨੋਟ ਕਰ ਲਓ ਇਹਦੇ ਵਿੱਚ ਚਾਰ ਤਰ੍ਹਾਂ ਦੇ ਤੇਲ ਲੈਣੇ ਆ ਪਹਿਲਾ ਤੇਲ ਲੈਣਾ ਬਾਦਾਮ ਦਾ ਦੂਜਾ ਤੇਲ ਲੈਣਾ ਤਿਲਾਂ ਦਾ ਤੀਜਾ ਤੇਲ ਲੈਣਾ ਹੈ ਤਤੂਰੇ ਦਾ ਤੇ ਚੌਥਾ ਤੇਲ ਲੈਣਾ ਹੈ ਜੋਕ ਦਾ ਇਹ ਸਾਰੇ ਤੇਲ ਲੈ ਕੇ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਉਬਲਣੇ ਧਰ ਲੈਣੇ ਆ ਤੇ ਜਿਹੜੀਆਂ ਜੜੀ ਬੂਟੀਆਂ ਲੈਣੀਆਂ ਆ ਉਹ ਤੁਸੀਂ ਪंसारी ਤੋਂ ਇਹ ਚੀਜ਼ਾਂ ਮਿਲਣਗੀਆਂ ਮਟੀਰੀਅਲ ਉਹ ਤੁਸੀਂ ਲਿਖ ਲਓ ਅਕਰਕਰਾ ইরਾਨੀ ਆ ਜਿਹੜਾ ਉਹ 10 ਗ੍ਰਾਮ ਲੈਣਾ ਲੌਂਗ 10 ਗ੍ਰਾਮ ਲੈਣੇ ਆ ਰੇਗਮਾਈ 10 ਗ੍ਰਾਮ ਲੈਣੀ ਆ ਕੇਸਰ 10 ਗ੍ਰਾਮ ਲੈਣਾ ਜਵੈਤਰੀ 10 ਗ੍ਰਾਮ ਲੈਣੀ ਹੈ ਸੁੱਕੇ ਗੰਡੋਏ 10 ਗ੍ਰਾਮ ਲੈਣੇ ਆ ਜੁੰਦ 10 ਗ੍ਰਾਮ ਲੈਣਾ ਕੁਚਲਾ 10 ਗ੍ਰਾਮ ਲੈਣਾ ਹਿੰਗ 10 ਗ੍ਰਾਮ ਲੈਣੀ ਹੈ ਜੈਫਲ 10 ਗ੍ਰਾਮ ਲੈਣਾ ਕਸਤੂਰੀ ਪਿਓਰ ਵਧੀਆ 1/2 ਗ੍ਰਾਮ ਲੈਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਚੰਗੀ ਤਰ੍ਹਾਂ ਪੀਸ ਲੈਣਾ ਦੁਫਾੜ ਜਾ ਵੀ ਕਰ ਸਕਦੇ ਹੋ ਬਰੀਕ ਵੀ ਪੀਸ ਸਕਦੇ ਆ ਉਸ ਤੋਂ ਬਾਅਦ ਜਦੋਂ ਤੇਲ ਉਬਲ ਗਿਆ ਉਹ ਸਾਰੇ ਮਿਕਸ ਕਰਕੇ ਕੜਾਹੀ ਚ ਪਾ ਲੈਣੇ ਆ ਜਦੋਂ ਉਬਾਲਾ ਆਉਣ ਲੱਗ ਗਿਆ ਅੱਗ ਥੱਲੋਂ ਬਿਲਕੁਲ ਹੌਲੀ ਕਰ ਦੇਣੀ ਹੈ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਈ ਜਾਣਾ ਜਦੋਂ ਇਹ ਸਾਰਾ ਮਟੀਰੀਅਲ ਅੱਧਾ ਰਹਿ ਗਿਆ ਤੇ ਜਿਹੜੇ ਤੇਲ ਲੈਣੇ ਆ ਉਹ 100-100 ਗ੍ਰਾਮ ਲੈਣੇ ਆ ਚਾਰੇ 400 ਗ੍ਰਾਮ ਤੇਲ ਹੋ ਗਿਆ ਇਹ ਚੀਜ਼ਾਂ ਵਿੱਚ ਪਾ ਕੇ ਜਦੋਂ 200 ਗ੍ਰਾਮ ਰਹਿ ਜੇ ਉਦੋਂ ਤੁਸੀਂ ਇਹਨੂੰ ਥੱਲੇ ਉਤਾਰ ਕੇ ਪਣ ਲੈਣਾ ਉਦੋਂ ਬਾਅਦ 30 ਬੂੰਦਾ ਸਵੇਰੇ 30 ਬੂੰਦਾ ਸ਼ਾਮ ਨੂੰ ਲਿੰਗ ਦੇ ਉੱਪਰ 10 ਮਿੰਟ ਮਾਲਸ਼ ਕਰਨੀ ਹੈ ਉਸ ਤੋਂ ਬਾਅਦ ਪਾਣੀ ਨਾ ਲੱਗੇ 2 ਘੰਟੇ ਸੈਕਸ ਵਗੈਰਾ ਨਹੀਂ ਕਰਨਾ 2 ਘੰਟੇ ਤਾਂ ਮੈਂ ਗਰੰਟੀ ਨਾਲ ਦਾਅਵੇ ਨਾਲ ਸਟਾਮਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ 1 ਮਹੀਨੇ ਦੇ ਵਿੱਚ ਤੁਹਾਡੇ ਲਿੰਗ ਦੀ ਲੰਬਾਈ ਮੋਟਾਈ ਔਰ ਟੇਡਾਪਨ ਪਤਲਾਪਨ ਛੋਟਾਪਨ ਢਿੱਲਾਪਨ ਬਿਲਕੁਲ ਠੀਕ ਹੋ ਜਾਏਗਾ ਜਿਨ੍ਹਾਂ ਨੇ ਨਸਾਂ ਬਿਲਕੁਲ ਡੈੱਡ ਕਰ ਲਈਆਂ ਉਹ ਵੀ ਹਫ਼ਤੇ ਜੇ ਬਿਲਕੁਲ ਠੀਕ ਹੋ ਜਾਣਗੀਆਂ ਇਸ ਤੇਲ ਦੇ ਨਾਲ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਬਾਕੀ ਹਰ ਐਤਵਾਰ ਨੂੰ ਦਸ ਕੇ ਪਿੰਡ ਦੇ ਵਿੱਚ ਅਸੀਂ ਇਹ ਤੇਲ ਬਣਾਇਆ ਹੋਇਆ ਆਪ ਵੀ ਦਿੰਨੇ ਆ ਬਾਕੀ ਨੌਜਵਾਨਾਂ ਨਾਲ ਜਿੰਨੀਆਂ ਬਿਮਾਰੀਆਂ ਨੇ ਤਾਂ ਤੈ ਸੋਪਣਦੋਸ਼ ਹੈ ਸੈਕਸ ਦੀ ਟਾਈਮਿੰਗ ਦੀ ਦਿੱਕਤ ਹੈ ਛੋਟਾਪਾਣਾ ਪਤਲਾਪਾਣਾ ਟੇਡਾਪਾਣਾ ਢਿੱਲਾਪਾਣਾ ਸੋਪਣਦੋਸ਼ ਹੈ ਸ਼ਕਰਾਣੂਆਂ ਦੀ ਕਮੀ ਹੈ ਬੱਚਾ ਨਹੀਂ ਹੋ ਰਿਹਾ ਇਨਾਂ ਸਾਰੀਆਂ ਸਮੱਸਿਆਵਾਂ ਦਾ ਬਿਮਾਰੀਆਂ ਦਾ ਗਰੰਟੀ ਦੇ ਨਾਲ ਅਸੀਂ ਇਲਾਜ ਡਸ ਕੇ ਪਿੰਡ ਦੇ ਵਿੱਚ ਕਰਦੇ ਆਂ ਮੈਨੂੰ ਇਕੱਲੇ ਨੂੰ ਮਰੀਜ਼ ਅੰਦਰ ਮਿਲਦਾ ਹੈ ਹੋਰ ਮੇਰੇ ਕੋਲੇ ਕੋਈ ਨਹੀਂ ਹੁੰਦਾ ਮਰੀਜ਼ ਹੀ ਮੇਰੇ ਕੋਲੇ ਇਕੱਲਾ ਆਏਗਾ ਉਹਦੀ ਨਬਜ਼ ਦੇਖੀ ਜਾਂਦੀ ਹੈ ਸਰੀਰ ਦੀ ਨਬਜ਼ ਦੇਖ ਕੇ ਅਸੀਂ ਪਤਾ ਲੱਗ ਜਾਂਦਾ ਹੈ ਉਹਦੇ ਸਰੀਰ ਦੀ ਪ੍ਰਕਿਰਤੀ ਦਾ ਰੋਗ ਦਾ ਉਸ ਮੁਤਾਬਕ ਫਿਰ ਉਹਦਾ ਇਲਾਜ ਹੁੰਦਾ ਹੈ ਗਰੰਟੀ ਦੇ ਨਾਲ ਨਬਜ਼ ਦੇਖ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨੌਜਵਾਨਾਂ ਦੇ ਜਿੰਨੇ ਰੋਗ ਨੇ ਉਹ ਬਿਨਾ ਕਿਸੇ ਡਰ ਦੇ ਆ ਕੇ ਮੈਨੂੰ ਦੱਸ ਸਕਦੇ ਆ ਨਵਜ ਦਿਖਾ ਕੇ ਆਪਣਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਸ਼ਰਮ ਵਾਲੀ ਇਹਦੇ ਚ ਕੋਈ ਗੱਲ ਨਹੀਂ ਦਵਾਈ ਹੈ ਜਿਹੜੀ ਤੇਲ ਹੈ ਜਿਹੜਾ ਇਹ ਅਸੀਂ 16 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗਾਂ ਤੱਕ ਵੀ ਇਹ ਦਵਾਈਆਂ ਚੱਲਦੀਆਂ ਨੇ ਸੈਕਸ ਦਾ ਆਨੰਦ ਉਹ ਲੈ ਸਕਦੇ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਇਲਾਜ ਤੁਸੀਂ ਕਰਵਾ ਸਕਦੇ ਆ ਇਹ ਦਸ ਕਪ ਬਿੰਡ ਹਰ ਐਤਵਾਰ ਆਪਾਂ ਮਿਲਦੇ ਆਂ ਸਾਰੀਆਂ ਦਵਾਈਆਂ ਜਿੰਨੀਆਂ ਵੀ ਨੇ ਅਸੀਂ ਬਣਾ ਕੇ ਰੱਖਦੇ ਆਂ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਹੋ ਬਾਕੀ ਆਪ ਵੀ ਘਰੇ ਤਿਆਰ ਕਰ ਸਕਦੇ ਹੋ ਸੇਮ ਟੂ ਸੇਮ ਨੁਕਸੇ ਹੁੰਦੇ ਆ ਕੋਈ ਇਹ ਨਹੀਂ ਵੀ ਤੁਹਾਨੂੰ ਕੁਝ ਹੋਰ ਦੱਸਤਾ ਅਸੀਂ ਕੁਝ ਹੋਰ ਬਣਾਵਾਂਗੇ ਸੇਮ ਟੂ ਸੇਮ ਹੀ ਹੈ ਸਾਰਾ ਕੁਝ ਤਾਂ ਤੁਸੀਂ ਜੇ ਤੁਹਾਨੂੰ ਵਧੀਆ ਚੀਜ਼ਾਂ ਦੀ ਪਰਖ ਹੈ ਆਪ ਲੈ ਕੇ ਵੀ ਬਣਾ ਸਕਦੇ ਹੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਤੁਹਾਡੀ ਝੋਲੀ 'ਚ ਨੁਕਸਾ ਪਾ ਦਿੰਦਾ ਹੈ ਬਾਕੀ ਫਰਾਡ ਬੰਦਿਆਂ ਤੋਂ ਜਰੂਰ ਬਚ ਕੇ ਰਹੋ ਗਲਤ ਗਾਈਡ ਕਰਦੇ ਆ ਸਾਡੇ ਡਸਕੇ ਦੇ ਉਹਨਾਂ ਤੋਂ ਵੀ ਬਚ ਕੇ ਰਹੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ